ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਮਾਈ ਭਾਗੋ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗਸ਼ਤ ਦੇ ਦੌਰਾਨ ਨਸ਼ਾ ਲੈ ਰਹੇ ਯੁਵਕਾਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ। ਇਹਨਾਂ ਨੇ ਇਹ ਹੈਰੋਇਨ ਕਿੱਥੋਂ ਲਿਆਂਦੀ ਅਤੇ ਅੱਗੇ ਕਿਸ ਨੂੰ ਵੇਚਦੇ ਸਨ ਅਤੇ ਇਸ ਦੇ ਹੋਰ ਕਿਹੜੇ ਕਿਹੜੇ ਸਾਥੀ ਹਨ, ਇਸ ਦੀ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ। ਇਹ ਨਸ਼ਾ ਵੇਚਣ ਤੇ ਪੀਣ ਦਾ ਕੰਮ ਵੀ ਕਰਦੇ ਸਨ। ਕੀ ਮਾਮਲਾ ਸਾਡਾ ਜੀ? ਕੱਲ ਮਿਤੀ 9/6/21 ਨੂੰ ਅਸੀਂ ਗਸ਼ਤ ਵਾਲਾ ਤਲਾਕ ਪਿੰਡ ਪੁਲਿਸ ਬੰਦ ਵਿੱਚ ਬਾਹਰ ਸੀ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਏਡੀਸੀ ਸੰਦੀਪ ਮਲਕ ਸਾਹਿਬ ਅਤੇ ACP ਨੌਰਥ ਸਰਬਜੀਤ ਸਿੰਘ ਬਾਜਵਾ ਦੀਆਂ ਹਦਾਇਤਾਂ ਅਤੇ ਸਮਾਜਵਾਦੀ ਅਨਸਰਾਂ ਦੇ ਖਿਲਾਫ ਮੈਂ ਵਿਧੀ ਹੋਈ ਸੀ ਜੋ ਉਸ ਸਮੇਂ ਜਦ ਅਸੀਂ ਗਸ਼ਤ ਦੇ ਸੰਬੰਧ ਜਾ ਰਹੇ ਸੀ ਉਸ ਸਮੇਂ ਕਾਮਯਾਬੀ ਮਿਲੀ ਕਿ SK ਹੋਸਪਿਟਲ ਸਾਹਮਣੇ ਖਾਲੀ ਪਲਾਟਾਂ ਵਿੱਚ ਲੁੱਕ ਕੇ ਆਪਣੀ ਹੋਂਦ ਨੂੰ ਛਪਾ ਕੇ ਉੱਥੇ ਹੈਰੋਇਨ ਪੀ ਰਹੇ ਸੀ ਅਤੇ ਜਦੋਂ ਅਸੀਂ ਅੱਗੇ ਰਬੰਦੀ ਕੀਤੀ ਤਾਂ ਇਹਨਾਂ ਵਿੱਚੋਂ ਇੱਕ ਦੇ ਕੋਲੋਂ ਜਿਹੜਾ ਵਾ 20 ਗ੍ਰਾਮ ਹੈਰੋਇਨ ਬਰਾਮਦ ਸਾਇਲ ਪਾਚੀ ਜੋ ਕਾਫੀ ਸਮੇਂ ਤੋਂ ਮਤਲਬ ਕਿ ਲੁੱਕ ਛਿਪ ਕੇ ਕੰਮ ਕਰਦਾ ਸੀ ਅੱਗੇ ਪਿੱਛੇ ਜੋ ਪੀਣ ਦਾ ਵੀ ਆਦੀ ਸੀ ਅਤੇ ਵੇਚਦਾ ਵੀ ਸੀ ਅਤੇ ਦੂਜੇ ਕੋਲ ਆਕਾਸ਼ ਕੋਲ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਦੂਜੇ ਜਿਹੜੇ ਉਹ ਸਿਲਰ ਪੰਨੀ ਪਾਈਪ ਦੋਵਾਂ ਕੋਲ ਪਾਈਪਾਂ ਦੇ ਪੰਨੀ ਪੇਪਰ ਬਰਾਮਦ ਹੋਇਆ ਜਿਹਨਾਂ ਦੇ ਖਿਲਾਫ਼ ਮੁਕਰਮਾ ਦਰਜ ਰਜਿਸਟਰ ਕਰਕੇ ਅਤੇ ਤਫਤੀਸ਼ ਅਮਲ 'ਚ ਲਿਆਉਂਦੀ ਹੈ ਅਤੇ ਇਹਨਾਂ ਨੂੰ ਮਾਨਯੋਗ ਕੋਰਟ ਜੱਜ ਜਿਹੜਾ ਪੇਸ਼ ਕੀਤਾ ਜਾ ਰਿਹਾ ਅਤੇ ਰਿਮਾਂਡ ਇਹਨਾਂ ਹਾਸਲ ਕਰਕੇ ਅਤੇ ਹੋਰ ਵੀ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਉਂਦੇ ਆ ਅਤੇ ਇਹਨਾਂ ਦੀਆਂ ਤਾਰਾਂ ਕਿੱਥੇ ਕਿੱਦਾਂ ਜੁੜੀਆਂ। ਕਿੰਨਾ ਹੈਰੋਇਨ ਬਰਾਮਦ ਹੋਈ ਟੋਟਲ ਸਰ? ਟੋਟਲ 30 ਗ੍ਰਾਮ ਹੈਰੋਇਨ ਆ ਜੀ, ਬਾਕੀ ਜਿਹੜਾ ਸਿਲੋ ਪੇਪਰ ਪੰਨੀ ਅਤੇ 2 ਪਾਈਪਾਂ ਅਤੇ ਲਾਈਟਰ ਇਹ ਬਰਾਮਦ ਹੈ। ਕਾਫੀ ਚਿਰ ਤੋਂ ਸਰ ਇਹ ਧੰਦਾ ਕਰ ਰਹੇ? ਦੇਖੋ ਜੀ, ਹੁਣ ਦੌਰਾਨੇ ਜੋ ਪੁੱਛਗਿੱਛ ਮੁੱਢਲੀ ਪੁੱਛਗਿੱਛ ਦੱਸਿਆ ਹੈ ਨਾ ਵੀ ਅਸੀਂ ਥੋੜ੍ਹੇ 3-4 ਮਹੀਨੇ ਤੋਂ ਇਹ ਕੰਮ ਕਰ ਰਹੇ ਸੀ ਪਰ ਇਹ ਇੰਝ ਲੱਗਦਾ ਕਿ ਪਹਿਲਾਂ ਵੀ ਪੀਂਦੇ ਆਦੀ ਜਿਹੜੇ ਪੀਂਦੇ ਆ ਉਹਨਾਂ ਵਿੱਚ ਵੀ ਹੈਗੀ। ਇਹ ਗੱਲ ਪੁੱਛਾਂਗੇ ਵੀ ਕਿਹਦੇ ਕੋਲ ਲੈ ਕੇ ਆਉਂਦੇ ਆ ਉਹਨਾਂ ਫਿਰ ਮੁਕਰਮੇ ਨਾਮ ਦੇ ਤਰ੍ਹਾਂ। ਆਵਾਜ਼ੀ ਕੌਮ ਟੀਵੀ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।